ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਦੁਬਈ ਤੋਂ ਲੱਖਾਂ ਰੁਪਏ ਦਾ ਸੋਨਾ ਲੈ ਕੇ ਆਇਆ ਨੌਜਵਾਨ ਕੀਤਾ ਕਾਬੂ ਅਮਰਤਸਰ ਕਸਟਮ ਵਿਭਾਗ ਨੇ ਪੰਜਾਬ ਦੇ ਅਮਰਤਸਰ ਹਵਾਈ ਅੱਡੇ ਤੇ 21.70 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ ਸਫਲਤਾ ਹਾਸਲ ਕੀਤੀ ਹੈ ਇਸ ਦੌਰਾਨ ਨੌਜਵਾਨ ਦਿੱਲੀ ਦੇ ਇੱਕ ਨੌਜਵਾਨ ਨੂੰ ਵੀ ਕਸਟਮ ਵਿਭਾਗ ਨੇ ਫੜਿਆ ਉਸ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਮਲਜਮ ਨੂੰ ਫੜ ਕੇ ਸੋਨੇ ਦੀ ਪੇਸਟ ਬਣਾ ਕੇ ਉਸ ਦੀ ਵੇਸਟ ਕਮੀਜ਼ ਦੇ ਹੇਠਾਂ ਛੁਪਾ ਕੇ ਲਿਆਂਦਾ ਗਿਆ ਸੀ ਕਸਟਮ ਵਿਭਾਗ ਤੋ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤਾ ਨੌਜਵਾਨ ਫਿਰਦੋਜ਼ ਐਲ ਐਨ ਜੀਪੀ ਕਲੋਨੀ ਮਹਾਰਾਜਾ ਰਣਜੀਤ ਸਿੰਘ ਰੋਡ ਦਿੱਲੀ ਦਾ ਵਸਨੀਕ ਹੈ ਉਹ ਸਪਾਈਸ ਜੈਟ ਦੀ ਉਡਾਨ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਜਦੋਂ ਕਸਟਮ ਵਿਭਾਗ ਨੇ ਮੁੱਲਜਮ ਤੋਂ ਪੁੱਛਗਿੱਛ ਕੀਤੀ ਤਾਂ ਉਸਦੇ ਅੰਡਰ ਸ਼ਰਟ ਨੂੰ ਕੁਝ ਤੰਗ ਸੀ ਜਾਂਚ ਕਰਨ ਦੇ ਪਤਾ ਲੱਗਾ ਕਿ ਕਮੀਜ਼ ਤੇ ਸੋਨਾ ਚਿਪਕਾਇਆ ਹੋਇਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਬੱਬੂ ਮਾਨ ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਗਈ ਸੁਰੱਖਿਆ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਤੇ ਗੈਂਗਸਟਰਾਂ ਦਾ ਸਾਯਾ ਬਰਕਰਾਰ ਹੈ ਜਿਵੇਂ ਵੀਆਈਪੀਜ਼ ਤੇ ਪੰਜਾਬੀ ਗਾਇਕਾਂ ਨੂੰ ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਉੱਥੇ ਹੀ ਮਿਲ ਰਹੀ ਜਾਣਕਾਰੀ ਮੁਤਾਬਕ ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਨੂੰ ਖਤਰਾ ਹੈ ਪੁਲਿਸ ਨੂੰ ਬੰਬੀਹਾ ਗੈਂਗ ਵੱਲੋਂ ਹਮਲੇ ਦੀ ਸਾਜ਼ਿਸ਼ ਰਚੰਦਾ ਦਾ ਸ਼ੱਕ ਹੈ ਪੰਜਾਬ ਪੁਲਿਸ ਨੂੰ ਖੂਫੀਆ ਏਜੰਸੀ ਦੇ ਰਾਹੀਂ ਬੱਬੂ ਮਾਨ ਬਾਰੇ ਕੁਝ ਇਨਪੁਟ ਮਿਲੇ ਨੇ ਜਿਸ ਦੇ ਤਹਿਤ ਬੱਬੂ ਮਾਨ ਦੇ ਮੋਹੱਲੇ ਸਥਿਤ ਕਰਦੇ ਬਾਹਰ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਜਾਣਕਾਰੀ ਦੇ ਮੁਤਾਬਕ ਬੱਬੂ ਮਾਨ ਦਾ ਫੈਨ ਬਣ ਕੇ ਕੋਈ ਨੌਜਵਾਨ ਉਸ ਨੂੰ ਆਪਣਾ ਨਿਸ਼ਾਨਾ ਬਣਾ ਸਕਦਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਮੁੱਖ ਸੜਕਾਂ ਤੇ ਚੱਕਾ ਜਾਮ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪੰਜਾਬ ਸਰਕਾਰ ਦੇ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਸੂਬੇ ਦੀਆਂ ਮੁੱਖ 6 ਸੜਕਾਂ ਤੇ ਚੱਕਾ ਜਾਮ ਕਰ ਦਿੱਤਾ ਜੀ ਕਿਸਾਨਾਂ ਅਤੇ ਧਰਨੇ ਵਿੱਚ ਸ਼ਾਮਲ ਬੀਬੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਕਿਸਾਨਾਂ ਵੱਲੋਂ ਕੀਤਾ ਗਿਆ ਚੱਕਾ ਜਾਮ ਦਿਨ ਪਰ ਜਾਰੀ ਰਿਹਾ ਤੇ ਆਵਾਜ਼ੀ ਮੁਕੰਮਲ ਬੰਦ ਰੱਖੀ ਗਈ ਕਿਸਾਨ ਆਗੂਆਂ ਨੇ ਕਿਹਾ ਜਦੋਂ ਤੱਕ ਪੰਜਾਬ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨੇਗੀ ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੰਮ੍ਰਿਤਸਰ ਅਮਰਦੀਪ ਤੇ ਬਲਦੇਵ ਸਿੰਘ ਸਿਰਸਾ ਨੇ ਮੁਕੇਰੀਆਂ ਕਾਕਾ ਸਿੰਘ ਨੇ ਬਠਿੰਡਾ ਕਿਸਾਨ ਮੋਰਚੇ ਤੇ ਪਹੁੰਚ ਕੇ ਸੰਬੋਧਨ ਕੀਤਾ ਉਹਨਾਂ ਵੱਲੋਂ ਪਟਿਆਲਾ ਚੰਡੀਗੜ੍ਹ ਸਥਿਤ ਢਿਹਲਦੀ ਜੱਟਾ ਤੌਲਕਲਾਜਾ ਫਰੀਦਕੋਟ ਟਾਹਨਾ ਟੀ ਪੁਆਇੰਟ ਅਮਰਤਸਰ ਵਿੱਚ ਪੰਡਾਰੀਪੁਰ ਦੇ ਨਜ਼ਦੀਕ ਮਾਨਸਾ ਮੁਕੇਰੀਆਂ ਦੇ ਤਲਵੰਡੀ ਸਾਬੂ ਵਿੱਚ ਚੱਕਾ ਜਾਮ ਕੀਤਾ ਗਿਆ ਸਾਬਕਾ ਸੰਸਦ ਮਹਿੰਦਰ ਸਿੰਘ ਕੇਪੀ ਦੀ ਕਾਰ ਦਾ ਹੋਇਆ ਐਕਸੀਡੈਂਟ ਵਾਲ-ਵਾਲ ਬਚੇ ਕਾਰਸਵਾਰ ਵੱਡੀ ਖਬਰ ਹੈ ਪਰ ਉਸ ਤੋਂ ਪਹਿਲਾਂ ਨੇਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚਾਹੇਂਦਾ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸੜਕ ਹਾਦਸੇ ਦੇ ਵਿੱਚ ਵਾਲ-ਵਾਲ ਬਚੇ ਹਨ ਉਹਨਾਂ ਦੀ ਗੱੜ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਾਣਕਾਰੀ ਮੁਤਾਬਕ ਕੇਪੀ ਆਪਣੇ ਪਰਿਵਾਰ ਸਮੇਤ ਫਲੋਰ ਤੋਂ ਇੱਕ ਵਿਆਹ ਸਮਾਗਮ ਤੋਂ ਸ਼ਾਮਲ ਹੋਣ ਜਾ ਰਹੇ ਸਨ ਮਿਲੀ ਜਾਣਕਾਰੀ ਅਨੁਸਾਰ ਉਹ ਪੈਲਸ ਦੇ ਵੱਲ ਜਾ ਰਹੇ ਸੀ ਪੁਲਿਸ ਪਾਇਲਟਡ ਕਾਰ ਉਹਨਾਂ ਦੀ ਕਾਰ ਦੇ ਅੱਗੇ ਸੀ ਜਿਸ ਦੌਰਾਨ ਇੱਕ ਪਾਸੇ ਤੋਂ ਟਰੈਕਟਰ ਟਰਾਲੀ ਆ ਗਈ ਤੇ ਸਾਬਕਾ ਮੰਤਰੀ ਕੇਪੀ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਟੱਕਰ ਮਾਰ ਕੇ ਮੁੱਲਜ਼ਮ ਕਾਰ ਨੂੰ ਨੁਕਸਾਨ ਪਹੁੰਚਾ ਕੇ ਮੌਕੇ ਤੋਂ ਫਰਾਰ ਹੋ ਗਿਆ ਏਕੇ 47 ਲੈ ਕੇ ਕਿਸਾਨ ਦੇ ਘਰ ਵੜੇ ਦੋ ਵਰਦੀ ਧਾਰੀ ਪਰਿਵਾਰ ਵੱਲੋਂ ਹਥਿਆਰ ਚੁੱਕਨ ਤੇ ਪੱਜ ਬਠਿੰਡਾ ਦੇ ਪੁੱਚੋਕਲਾ ਵਿੱਚ ਰਾਤ ਦੇ ਸਮੇਂ ਦੋ ਵਰਦੀ ਧਾਰੀ ਹਥਿਆਰਾਂ ਨਾਲ ਲੈਸ 6 ਵਿਅਕਤੀ ਇੱਕ ਕਿਸਾਨ ਦੇ ਘਰ ਵਰਗੇ ਜਦੋਂ ਕਿਸਾਨ ਪਰਿਵਾਰ ਨੇ ਬਚਾਲੀ ਹਥਿਆਰ ਚੁੱਕੇ ਤਾ ਉਹ ਸਵਿਫਟ ਕਾਰ ਵਿੱਚ ਫਰਾਰ ਹੋ ਗਏ 6 ਦਿਨ ਬੀਤ ਜਾਣ ਤੇ ਵੀ ਥਾਣਾ ਕੈਂਟ ਪੁਲਿਸ ਨੇ ਬਿੰਦਰ ਸਿੰਘ ਪੁੱਤਰ ਸੰਤ ਸਿੰਘ ਦੇ ਬਿਆਨਾਂ ਉੱਤੇ ਕੇਸ ਦਰਜ ਨਹੀਂ ਕੀਤਾ ਐਸਐਸਪੀ ਜੇ ਐਲ ਨਚੇਲੀਅਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੂਤਰਾ ਅਨੁਸਾਰ ਪਿੰਡ ਭੂਚੋ ਕੋਲਾ ਦਾ ਕਿਸਾਨ ਬਿੰਦਰ ਸਿੰਘ 11 ਨਵੰਬਰ ਨੂੰ ਆਪਣੇ ਪਰਿਵਾਰ ਦੇ ਸਮੇਤ ਘਰ ਵਿੱਚ ਸੀ ਰਾਤ 10 ਵਜੇ ਕੇ 10 ਮਿੰਟ ਤੇ ਇੱਕ ਕਾਰ ਉਹਨਾਂ ਦੇ ਉਸਾਰੀ ਅਧੀਨ ਘਰ ਦੇ ਬਾਹਰ ਆ ਕੇ ਰੁਕੀ ਜਿਸ ਦੇ ਵਿੱਚੋਂ ਦੋ ਵਰਦੀ ਧਾਰੀਆਂ ਦੇ ਸਮੇਤ ਛੇ ਵਿਅਕਤੀ ਕਾਰ ਤੋਂ ਹੇਠਾਂ ਉਤਰ ਕੇ ਉਹਨਾਂ ਦੇ ਘਰ ਵੜ ਗਏ ਤੇ ਉਹਨਾਂ ਕੋਲੇ AK-47 ਤੇ ਰਿਵਾਲਵਰ ਸਨ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਪੇਸ਼ੀ ਤੇ ਸੰਦੀਪ ਸੰਨੀ ਨੂੰ ਮਿਲਨ ਆਇਆ ਉਸ ਦਾ ਨਿਕਾਜਾ ਕਾਕਾ Hindu Aggu Sudhir Suri ਕਤਲ ਮਾਮਲੇ 'ਚ ਮੁਲਜ਼ਮ ਸੰਦੀਪ ਸਿੰਘ ਨੂੰ ਪੇਸ਼ੀ ਤੇ ਕੁੜਲਿਆਣਾਗਾ ਪਾਰੀ ਸੁਰੱਖਿਆ ਵਿਚਾਲੇ ਉਸਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰ ਜੋਗਾ ਕਿ ਸੰਦੀਪ 2 ਦਿਨ ਦੇ ਪੁਲਿਸ ਰਿਮਾਂਡ ਤੇ ਸੀ ਅੱਜ ਉਸ ਦਾ ਰਿਮਾਂਡ ਖਤਮ ਹੋ ਗਿਆ ਇਸ ਤਰ੍ਹਾਂ ਉਸ ਦਾ ਨਿਕਾਜ ਆ ਕਾਕਾ ਵੀ ਉਸ ਨੂੰ ਮਿਲਣ ਲਈ ਆਇਆ ਪਰਿਵਾਰ ਨੇ ਸੰਦੀਪ ਨੂੰ ਹਾਲਚਲ ਪੁੱਛਿਆ ਤੇ ਮੀਡੀਆ ਨਾਲ ਗੱਲਬਾਤ ਕਰਦੇ ਭਾਈ ਨੇ ਦੱਸਿਆ ਕਿ ਸੰਦੀਪ ਦੇ ਪਰਿਵਾਰ ਦਾ ਧਿਆਨ ਰੱਖਣ ਦੀ ਕਿਹਾ ਹੈ ਠੱਗ ਏਜੰਟਾਂ ਦੇ ਖਿਲਾਫ ਅੱਗੇ ਆਈ ਇਹ ਇਮੀਗ੍ਰੇਸ਼ਨ ਕੰਪਨੀ ਆਫਰ ਲੈਟਰ ਤੋਂ ਲੈ ਕੇ PR ਤੱਕ ਜੋ ਕਿ ਪੂਰੀ ਜ਼ਿੰਮੇਵਾਰੀ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਨਨਲੀ ਚੈਨਲ ਦੇ ਭਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਇਮੀਗ੍ਰੇਸ਼ਨ ਦਾ ਕਹਿਣਾ ਕਿ ਵਿਦਿਆਰਥੀ ਆਪਣੇ ਭਵਿੱਖ ਨੂੰ ਸੁਰੱਖਿਆ ਰੱਖਣ ਲਈ ਵਿਦੇਸ਼ਾਂ ਵਿੱਚ ਬਹੁਤ ਮਿਹਨਤ ਕਰਦੇ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਉਹ ਪੜ੍ਹਾਈ ਕਰਕੇ ਵਾਪਸ ਆਉਂਦੇ ਹਨ ਤਾਂ ਉਹਨਾਂ ਦੇ ਦਿਮਾਗ ਦੀ ਵਰਤੋਂ ਕਰਕੇ ਪੰਜਾਬ ਨੂੰ ਹੋਰ ਪੱਧੀਆਂ ਬਣਾਇਆ ਜਾਵੇ ਪੰਜਾਬ ਵਿੱਚ ਪੈਗ ਲਾਉਣ ਵਾਲਿਆਂ ਦੇ ਮਤਲਬ ਦੀ ਖਬਰ ਸਾਹਮਣੇ ਆਏ ਨਵੇਂ ਰੇਟਾਂ ਦੀ ਸੂਚੀ ਪੰਜਾਬ ਦੇ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਦੀਆਂ ਮੌਜਾਂ ਲੱਗਣ ਵਾਲੀਆਂ ਨੇ ਪੰਜਾਬ 'ਚ ਸ਼ਰਾਬ ਸਸਤੀ ਹੋ ਗਈ ਹੈ ਜਾਣਕਾਰੀ ਮੁਤਾਬਕ ਸ਼ਰਾਬ ਦੇ ਨਵੇਂ ਰੇਟਾਂ ਦੀ ਸੂਚੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆ ਵਾਇਰਲ ਹੋਈ ਇਹ ਸੂਚੀ ਦੇ ਮੁਤਾਬਕ ਸ਼ਰਾਬ ਦੇ ਰੇਟ ਕਾਫੀ ਘਟੇ ਨੇ ਸੂਤਰਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਕੀਤੀਆਂ ਗਈਆਂ ਮੀਟਿੰਗਾਂ ਦਾ ਹੀ ਇਹ ਰੇਟ ਫਿਕਸ ਕੀਤੇ ਗਏ ਨੇ ਜਿੰਨਾ ਤੇ ਉਹ ਸੂਚੀ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਸੂਚੀ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਕਿਹਾ ਜਾ ਰਿਹਾ ਕਿ ਵਾਇਰਲ ਹੋਈ ਸੂਚੀ ਅੱਜ ਜਾਂ ਸ਼ਾਮ ਭਲਕੇ ਤੱਕ ਮੂਰ ਲੱਗ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸੀਐਮ ਭਗਵੰਤ ਮਾਨ ਨੂੰ ਦੱਸਿਆ ਸ਼ਰਾਬ ਦੇ ਵਿੱਚ ਟਨ ਫੇਸਬੁਕ ਤੇ ਸ਼ੇਅਰ ਕੀਤੀ ਵੀਡੀਓ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਤਿੱਖਾ ਹਮਲਾ ਬੁੱਲਿਆ ਹੈ ਜੀ ਅਕਾਲੀਵਲ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਨੂੰ ਸ਼ਰਾਬ ਦੇ ਵਿੱਚ ਟੰਨ ਦੱਸਦਿਆਂ ਤਿੱਖਾ ਸਵਾਲ ਕੀਤਾ ਗਿਆ ਹੈ ਫੇਸਬੁੱਕ ਤੇ ਇੱਕ ਵੀਡੀਓ ਸ਼ੇਅਰ ਕਰਦਾ ਲਿਖਿਆ ਗਿਆ ਕਿ ਸ਼ਰਾਬ ਚ ਟੰਨ ਹੋ ਕੇ ਆਪਣੇ ਵਿਰੋਧੀਆਂ ਤੇ ਗੱਲ ਨਹੀਂ ਬਾਤੀ ਝੂਠਾ ਸਾਫਤ ਕਰਨ ਵਾਲੇ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਯਾਦਗਾਰੀ ਸਮਾਰਕ ਤੇ ਖੜਾ ਹੋ ਕੇ ਉਹ ਖੁਦ ਦੀ ਵਡਿਆਈ ਕਰਕੇ ਦੂਜਿਆਂ ਦੀ ਭੰਡੀ ਕਰ ਰਿਹਾ ਉਹ ਯਾਦਗਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੱਲੋਂ ਹੀ ਬਣਾਈ ਗਈ ਸੀ ਲੁਧਿਆਣਾ ਵਿੱਚ ਸ਼ਰਿਆਂਮ ਵਿਕ ਰਹੇ ਹਨਸ਼ਾ ਵੀਡੀਓ ਵਾਇਰਲ ਡੀਜੀਪੀ ਯਾਦਵ ਦੇ ਛਾਪੇ ਤੋਂ ਬਾਅਦ ਵੀ ਹਾਲਾਤ ਨਹੀਂ ਸੁਧਰੇ ਲੁਧਿਆਣਾ ਵਿੱਚ ਖੁੱਲ੍ਹੇਆਮ ਨਸ਼ੇ ਦੀ ਤਸਕਰੀ ਹੋ ਰਹੀ ਹੈ ਜਦੋਂ ਲੁਧਿਆਣਾ ਵਿੱਚ ਪੰਗ ਅਤੇ ਚਿੱਟਾ ਸ਼ਰਿਆਂਮ ਵਿਕ ਰਿਹਾ ਲੁਧਿਆਣਾ ਚੋਂ ਸ਼ਰਿਆਂਮ ਵਿਕ ਰਹੇ ਨਸ਼ੇ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੀ ਲੁਧਿਆਣਾ ਦੇ ਇੱਕ ਇਲਾਕੇ ਦੀ ਦੱਸੀ ਜਾ ਰਿਹਾ ਇਲਾਕਾ ਉਹੀ ਹੈ ਜਿੱਥੇ ਡੀਜੀਪੀ ਗੌਰਵ ਯਾਦਵ ਸ਼ਾਪੇਮਾਰੀ ਕਰਨ ਪਹੁੰਚੇ ਸਨ ਤੇ ਪੁਲਿਸ ਦੇ ਹੱਥ ਫਾਤਾਂ ਦੇ ਵਿੱਚ ਹੋਰਣ ਦੀਆਂ ਛੋਟੀਆਂ-ਛੋਟੀਆਂ ਕੁੜੀਆਂ ਲੱਗੀਆਂ ਸਨ ਵਾਇਰਲ ਹੋ ਰਹੀ ਵੀਡੀਓਜ਼ ਉੱਪਰ ਦਿਖਾਈ ਦੇ ਰਿਹਾ ਕਿ ਵਿਅਕਤੀ ਪਾਰਕ ਤੇ ਕੁਰਸੀ ਦੇ ਨੇੜੇ ਬੈਠ ਕੇ ਨਸ਼ਾ ਵੇਚ ਰਿਹਾ ਹੈ ਨਵਾਲਗ ਨੌਜਵਾਨ ਉਹਦਾ ਤੇ ਉਸ ਤੋਂ 70 ਰੁਪਏ ਦੇ ਵਿੱਚ ਭੰਗ ਦੀਆਂ ਕੁੜੀਆਂ ਖਰੀਦ ਰਿਹਾ ਹੈ ਸਰਕਾਰ ਨੇ LPG ਸਿਲੰਡਰ ਚੁੱਕੀਤਾ ਵੱਡਾ ਬਦਲਾਅ ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗਾ ਸਿੱਧਾ ਫਾਇਦਾ ਜੇ ਤੁਹਾਡੇ ਕੋਲੇ ਵੀ ਕੋਈ ਗੈਸ ਸਿਲੰਡਰ ਹੈ ਤਾਂ ਕਨੈਕਸ਼ਨਾਂ ਤਾਂ ਖਬਰ ਤੁਹਾਡੇ ਲਈ ਫਾਇਦੇਮੰਦ ਦਾ ਜੀ Indian Oil Corporation Limited ਦੁਆਰਾ QR ਕੋਡ ਆਧਾਰਿਤ ਸਿਲੰਡਰ ਲਾਂਚ ਕੀਤਾ ਗਿਆ ਜਿਸ ਨਾਲ ਤੁਸੀਂ ਸਿਲੰਡਰ ਨੂੰ ਟਰੈਕ ਅਤੇ ਟ੍ਰੇਸ ਕਰ ਸਕੋਗੇ ਐਲਪੀਜੀ ਸਿਲੰਡਰ ਨੂੰ ਟਰੈਕ ਕਰ ਸਕਣਗੇ Indian Oil ਦੇ ਚੇਅਰਮੈਨ ਸ਼੍ਰੀ ਕਾਂਤ ਮਾਧਵ ਵੈਦਿਆ ਨੇ ਦੱਸਿਆ ਕਿ ਅਗਲੇ 3 ਮਹੀਨਿਆਂ ਵਿੱਚ ਸਾਰੇ ਘਰੇਲੂ ਗੈਸ ਸਿਲੰਡਰਾਂ ਵਿੱਚ QR ਕੋਡ ਹੋਵੇਗਾ ਵਿਸ਼ਵ ਐਲਪੀਜੀ ਹਫਤੇ ਮੌਕੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੂਰੀ ਨੇ ਕਿਹਾ ਹੈ ਕਿ ਇਹ ਇੱਕ ਕ੍ਰਾਂਤੀਕਾਰੀ ਬਦਲਾਅ ਕਿਉਂਕਿ ਗਾਹ ਕੈਲਪੀਜੀ ਸਿਲੰਡਰ ਨੂੰ ਟਰੈਕ ਕਰਨ ਦੇ ਯੋਗ ਹੋਣਗੇ ਭਗਵੰਤ ਮਾਨ ਦੀ ਜ਼ਿੰਦਗੀ 'ਚ ਅੱਜ ਮੋੜ ਜੁੜੇਗਾ ਨਵਾਂ ਕਿੱਸਾ 12 ਸਾਲ ਮਗਰੋਂ ਇਹ ਦਿਨ ਆਵੇਗਾ ਕਿਸੇ ਨੇ ਨਹੀਂ ਸੋਚਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਜੋ ਕਮੇਡੀ ਤੋਂ ਸਿਆਸਤ ਵਿੱਚ ਆਏ ਸਨ ਵੈਸੇ ਤਾਂ ਮੁੱਖ ਮੰਤਰੀ ਆਪਣੀਆਂ ਕਈ ਸਪੀਚਾਂ 'ਚ ਲੁਧਿਆਣੇ ਨੂੰ ਆਪਣੀ ਕਰਮ ਭੂਮੀ ਆ ਚੁੱਕੇ ਨੇ ਪਰ ਵੀਰਵਾਰ ਨੂੰ ਉਹਨਾਂ ਦੇ ਪ੍ਰੋਫੈਸ਼ਨ ਅਤੇ ਸਿਆਸੀ ਜੀਵਨ 'ਚ ਇੱਕ ਹੋਰ ਮੋੜ ਕਿੱਸਾ ਜੁੜ ਜਾਵੇਗਾ 2010 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕਰਵਾਏ ਗਏ ਵਰਲਡ ਕੱਪ ਕਬੱਡੀ ਕੱਪ 'ਚੋਂ ਭਾਰਤ-ਪਾਕਿਸਤਾਨ ਫਾਈਨਲ ਮੈਚ 'ਚ ਭਗਵੰਤ ਮਾਨ ਗੁਰੂ ਨਾਨਕ ਸਟੇਡੀਅਮ 'ਚੋਂ ਬਤੌਰ ਕਮੈਂਟਰੀ ਕਮੈਂਟਰੀ ਕਰਨਾ ਏ ਸਨ ਪਰ ਉਸ ਸਮੇਂ ਸ਼ਾਇਦ ਇਹ ਨਹੀਂ ਸੋਚਿਆ ਹੋਵੇਗਾ ਕਿ ਗਰਾਊਂਡ ਆ ਕੇ ਆਪਣੀਆਂ ਗੱਲਾਂ ਨਾਲ ਦਰਸ਼ਕਾਂ ਨੂੰ ਹਸਾ ਕੇ ਉਹਨਾਂ ਦਾ ਮਨੋਰੰਜਨ ਕਰਨ ਵਾਲੇ ਮਾਨ ਆਉਣ ਵਾਲੇ ਇੱਕ ਦਿਨ ਇਸੇ ਹੀ ਸਟੇਡੀਅਮ ਦੇ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਬਣ ਕੇ ਖਿਡਾਰੀਆਂ ਨੂੰ ਨਗਦ ਇਨਾਮਾਂ ਦੇ ਨਾਲ ਸਨਮਾਨਿਤ ਕਰਨਗੇ। ਟੀਟੀਈ ਨੇ ਰਾਜਸਥਾਨੀ ਐਕਸਪ੍ਰੈਸ ਤੇ ਫੌਜੀ ਨੂੰ ਦਿੱਤਾ ਤੱਕਾ ਦੋਵੇਂ ਲੱਤਾ ਕਟੀਆਂ ਗਈਆਂ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਰੇਲਵੇ ਜੰਕਸ਼ਨ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਈ ਟੀਟੀਈ ਨੇ ਰਾਜਸਤਾਨੀ ਐਕਸਪ੍ਰੈਸ ਤੋਂ ਇੱਕ ਫੌਜੀ ਨੂੰ ਹੇਠਾਂ ਤੱਕਾ ਦੇ ਦਿੱਤਾ ਇਸ ਹਾਦਸੇ 'ਚ ਸਿਪਾਈ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਜਿਸ ਤੋਂ ਬਾਅਦ ਟ੍ਰੇਨ 'ਚ ਮੌਜੂਦ ਉਸ ਦੇ ਸਾਥੀਆਂ ਨੇ ਹੰਗਾਮਾ ਕਰ ਦਿੱਤਾ ਟ੍ਰੇਨ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਫੌਜੀ ਨੂੰ ਗੰਭੀਰ ਹਾਲਤ 'ਚ ਫੌਜੀ ਹਸਪਤਾਲ ਦਾਖਲ ਕਰਵਾਇਆ ਗਿਆ ਬਰੇਲੀ ਜੰਕਸ਼ਨ ਪਲੇਟਫਾਰਮ ਨੰਬਰ 2 ਤੋਂ ਰਾਜਸਤਾਨੀ ਐਕਸਪ੍ਰੈਸ ਵਿੱਚ ਟੀਟੀ ਦੀ ਅਨਮੋਲਕੀ ਚਿਹਰੇ ਦਾ ਇਹ ਮਾਮਲਾ ਸਾਹਮਣੇ ਆਇਆ ਜਿਸ ਦੇਸ਼ ਦੀ ਰੱਖਿਆ ਵਿੱਚ ਤਨਾਇਤ ਇੱਕ ਸਪਾਹੀ ਨੂੰ ਟੀਟੀਈ ਦੀ ਤਕੇਸ਼ਾਈ ਅਤੇ ਗੁੰਡਾਗਰਦੀ ਕਾਰਨ ਆਪਣੀਆਂ ਲੱਤਾਂ ਗਵਾਉਣੀਆਂ ਪਈਆਂ ਨੇ ਸਿੱਖ ਬਣ ਕੇ ਕੁੜੀ ਨੇ ਕਰਾਇਆ ਵਿਆਹ ਬਿਨਾਂ ਦੱਸੇ ਕਰਵਾਇਆ ਧਰਮ ਪਰਿਵਰਤਨ ਦਿੱਲੀ ਦੇ ਵਿੱਚ ਲਵ ਜਿਹਾਤ ਦਾ ਨਵਾਂ ਮਾਮਲਾ ਸਾਹਮਣੇ ਆਇਆ ਜਿੱਤੇ ਮੁਲਜ਼ਮ ਨੇ ਪੀੜਤਾ ਨੂੰ ਪ੍ਰੇਮ ਜਾਲ ਚ ਫਸਾ ਕੇ ਨਾਂ ਤੋਂ ਸਿਰਫ ਸਿੱਖ ਬਣ ਕੇ ਵਿਆਹ ਕਰਵਾਇਆ ਸਗੋ ਉਸ ਦਾ ਧਰਮ ਪਰਿਵਰਤਨ ਨਿਕਰਾਇਆ ਮੁਲਜ਼ਮ ਨੇ ਉਸ ਦੇ ਪਰਿਵਾਰਕ ਮੈਂਬਰਾਂ ਪੀੜਤਾ ਦੀ ਕੁੱਟਮਾਰ ਵੀ ਕਰਦੇ ਰਏ ਰਾਜਸਥਾਨੀ ਦੇ ਪਟੇਲ ਨਗਰ ਇਲਾਕੇ ਦੇ ਵਿੱਚ ਲਵ ਜਹਾਦ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਨੂਰ ਮੁਹੰਮਦ ਨਾਂ ਦੇ ਵਿਅਕਤੀ ਨੇ ਸਿੱਖ ਹੋਣ ਦਾ ਬਹਾਨਾ ਲਾ ਕੇ ਪੀੜਤ ਨਾਲ ਵਿਆਹ ਕਰਾਇਆ ਤੇ ਉਸ ਲੜਕੀ ਦਾ ਨਾਂ ਨੂੰ ਆਪਣਾ ਨਾਂ ਗੁਰਪ੍ਰੀਤ ਦੱਸਿਆ ਇਸ ਦੇ ਨਾਲ ਹੀ ਉਸਨੇ ਆਪਣੇ ਸਿੱਖ ਦੋਸਤ ਨੂੰ ਆਪਣਾ ਵੱਡਾ ਭਰਾ ਤੇ ਉਸਦੇ ਪਰਿਵਾਰ ਨੂੰ ਆਪਣਾ ਪਰਿਵਾਰ ਦੱਸ ਕੇ ਲੜਕੇ ਨੂੰ ਵਿਸ਼ਵਾਸ ਜਿੱਤ ਲਿਆ ਬਾਅਦ ਵਿੱਚ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ Hindu ਰੀਤੀ ਰਿਵਾਜਾਂ ਦੇ ਅਨੁਸਾਰ ਉਸ ਨਾਲ ਵਿਆਹ ਕਰ ਲਿਆ ਕੋਜ ਮਹੀਨੇ ਬਾਅਦ ਜਦੋਂ ਲੜਕੀ ਨੂੰ ਪਤਾ ਲੱਗੇ ਕਿ ਉਸ ਦਾ ਪਤੀ ਮੁਸਲਮਾਨ ਹੈ ਤਾਂ ਉਸ ਤੇ ਪੈਰਾ ਹੀਟੋ ਜ਼ਮੀਨ ਨਿਕਲ ਗਈ ਸੂਟ ਕੇਸ 2 ਮਿਲੀ লাশ ਦਾ ਖੁੱਲਿਆ ਪੇਤ ਭੈਣ ਨੂੰ ਕਰਦੇ ਸੀ ਤੰਗ ਕਤਲ ਕਰਕੇ লাশ ਜਲੰਧਰ ਰੇਲਵੇ ਸਟੇਸ਼ਨ ਦੇ ਰੱਖੀ লাশ ਦਾ ਮਾਮਲਾ ਸੀਆਈ ਸਟਾਫ ਅਤੇ ਜੀਆਰਪੀ ਥਾਣਾ ਨੇ ਸਾਂਝੀ ਕਾਰਵਾਈ ਕਰਦੇ ਸੁਲਝਾ ਲਿਆ ਜੀ ਜਾਣਕਾਰੀ ਦੇ ਅਨੁਸਾਰ ਮਰਤਕ ਦੀ ਪਛਾਣ محمد ਉਰਫ ਬੱਬਲੂ ਮੂਲ ਨਿਵਾਸੀ ਬਿਹਾਰ ਕਟਿਆਰ ਹਾਲ ਨਿਵਾਸੀ ਗਦਈਪੁਰ ਹੋਈ ਹੈ। ਸੀਸੀਟੀਵੀ ਫੋਟੋਸ ਦੇ ਆਧਾਰ ਤੇ ਦੋਸ਼ੀ ਇਸ਼ਫਾਕ ਨੂੰ ਸਾਂਝੀ ਕਾਰਵਾਈ ਦੇ ਦੌਰਾਨ ਕਾਬੂ ਕਰ ਲਿਆ ਗਿਆ ਤੇ ਮਲਜਮ ਦੀ ਇਸ਼ਫਾਕ ਦੀ ਭੈਣ ਬੱਬਲੂ ਦੇ ਚਾਚੇ ਦੇ ਮੁੰਡੇ ਨਾਲ ਵਿਆਹ ਹੀ ਸੀ ਜਿਸ ਨੂੰ ਇਹ ਤੰਗ ਪ੍ਰੇਸ਼ਾਨ ਕਰਦਾ ਸੀ ਇਸ ਕਾਰਨ ਇਸ਼ਫਾਕ ਨੇ ਰੰਜਿਸ਼ ਕੱਟਣਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸੰਦੀਪ ਸੰਨੀ ਨੇ ਕਿਉਂ ਮਾਰਿਆ ਸੂਰੀ ਸਦੀਰ ਸੂਰੀ ਮੋਬਾਈਲ ਨੇ ਖੋਲੇ ਸਕਦੇ ਨੇ ਕਿ ਵੱਡੇ ਰਾਜ ਹਿੰਦੂ ਨੇਤਾ ਸੁਦੀਰ ਸੂਲੀ ਕਤਲ ਚ ਸੰਦੀਪ ਸਿੰਘ ਨੂੰ ਪੰਜਾਬ ਦੇ ਅੰਮ੍ਰਿਤਸਰ ਚ ਵੀਰਵਾਰ ਸਵੇਰੇ ਅਦਾਲਤ ਚ ਪੇਸ਼ ਕੀਤਾ ਗਿਆ ਅਦਾਲਤ ਨੇ ਦੋਵਾਂ ਪੱਖਾਂ ਦੀ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੂੰ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ ਇਸ ਦੌਰਾਨ ਪੁਲਿਸ ਨੇ ਮੋਬਾਈਲ ਦੀ ਫੋਰੈਂਸਿਕ ਜਾਂਚ ਰਿਪੋਰਟ ਦੀ ਸਮੀਖਿਆ ਲਈ 2 ਦਿਨ ਦਾ ਸਮਾਂ ਮੰਗਿਆ ਸੀ ਜਿਸ ਨੂੰ ਰੱਦ ਕਰ ਦਿੱਤਾ ਹੈ ਸੂਰੀ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਟੀਮ ਨੂੰ 2 ਦਿਨ ਪਹਿਲਾਂ ਫਰੈਂਸਿਕ ਵਿਭਾਗ ਤੋਂ ਮੋਬਾਈਲ ਦੇ ਵਿਰੋਹ ਮਿਲੇ ਸਨ ਸੰਦੀਪ ਸਿੰਘ ਦੇ ਮੋਬਾਈਲ ਵਿੱਚ 1,04,910 ਦਸਤਾਵੇਜ਼ ਮਿਲੇ ਨੇ ਜਿਨ੍ਹਾਂ ਨੂੰ ਪੁਲਿਸ ਹੁਣ ਸ਼ਾਰਟਲਿਸਟ ਕਰ ਰਹੀ ਹੈ ਜੋ ਉਹਨਾਂ ਨੂੰ ਸੰਦੀਪ ਨਾਲ ਜੋੜਿਆ ਜਾ ਸਕੇ ਜਿਸ ਦੇ ਆਧਾਰ ਤੇ ਪੁਲਿਸ ਨੇ 2 ਦਿਨ ਹੋਰ ਰਿਮਾਂਡ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ ਦੇਵੀ ਮਖਸੂਸਪੂਰੀ ਨੇ ਨਿਸ਼ਾਤਰ ਗਿੱਲ ਦੀ ਪਤਨੀ ਦੇ ਦੇਹਾਂਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ ਤੇ ਭਾਵਕ ਕਰ ਦੇਣ ਵਾਲੀ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਪੁਲਿਸ ਨੇ ਪਟਾਕੇ ਵਜਾਉਣ ਵਾਲੇ ਬੁਲਟ ਮੋਟਰਸਾਈਕਲ ਦੇ ਅਸਲੇ ਦੀ ਸੂਚਨਾ ਦੇਣ ਲਈ ਜਾਰੀ ਕੀਤੀ ਨੰਬਰ ਜਾਣਕਾਰੀ ਦੇਣ ਵਾਲੇ ਦਾ ਨਾਮ ਰੱਖਿਆ ਜਾਵੇਗਾ ਗੁਪਤ ਸਮਾਜ ਵਿੱਚ ਸ਼ਰਾਰਤੀਆਂ ਅਨਸਾਰ ਨੂੰ ਕੰਟਰੋਲ ਕਰਨ ਲਈ ਐਸਐਸਪੀ ਬਟਾਲਾ ਕੱਲੋ ਇੱਕ ਮੋਬਾਈਲ ਨੰਬਰ 9465232487 ਜਨਤਕ ਪਲੇਟਫਾਰਮ ਤੇ ਜਾਰੀ ਕੀਤਾ ਗਿਆ ਬਟਾਲਾ ਪੁਲਿਸ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕਰਦੀ ਕਿ ਆਪ ਦੇ ਪਿੰਡਾਂ ਸ਼ਹਿਰਾਂ ਵਾਰਡ ਮੁਹੱਲੇ ਕਸਬੇ ਦੇ ਵਿੱਚ ਜੇਕਰ ਕੋਈ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾਉਂਦਾ ਤਾਂ ਉਸ ਦੇ ਮੋਟਰਸਾਈਕਲ ਦਾ ਨੰਬਰ ਮੋਟਰਸਾਈਕਲ ਦੀ ਕਿਸਮ ਤੇ ਜੇਕਰ ਜਾਣਕਾਰੀ ਹੋਵੇ ਉਸ ਦਾ ਨਾਮ ਪਤਾ ਐਡਰੈਸ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਤੋਂ ਹਟਾਏ ਟ੍ਰੈਫਿਕ ਐਡਵਾਈਜ਼ਰ ਕੇ ਇੱਕ ਹੀ ਥਾਂ ਤੇ ਤਿੰਨ ਹਾਦਸੇ ਹੋਣ ਤੋਂ ਬਾਅਦ ਉਸ ਥਾਂ ਨੂੰ ਮੰਨ ਲਿਆ ਜਾਂਦਾ ਬਲੈਕ ਸਪਾਟ ਪੁਆਇੰਟ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਤੋਂ ਰੂਡ ਸੇਫਟੀ ਦੇ ਤਨਾਦ ਟ੍ਰੈਫਿਕ ਐਡਵਾਈਜ਼ਰ ਹਟਾ ਦਿੱਤੇ ਨੇ ਇਸ ਨਾਲ ਇੱਕ ਪਾਸੇ ਟ੍ਰੈਕ ਪੁਲਸ ਤੇ ਵਾਧੂ ਭਰ ਪਾ ਦਿੱਤਾ ਗਿਆ ਉੱਥੇ ਹੀ ਹੁਣ ਦੇਸੀ ਜੁਗਾੜ ਨਾਲ ਬਲੈਕ ਸਪੌਟ ਪੁਆਇੰਟ ਤਾਂ ਕੀਤੇ ਜਾ ਰਹੇ ਨੇ ਟ੍ਰੈਫਿਕ ਐਡਵਾਈਜ਼ਰੀ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਉਕਤ ਰੂਟ ਤੇ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਉਹ ਟੈਕਨੀਕਲ ਢੰਗ ਨਾਲ ਰਿਪੋਰਟ ਤਿਆਰ ਕਰਦਾ ਜਿਸ ਤੋਂ ਬਾਅਦ ਐਕਸੀਡੈਂਟ ਦੇ ਕਾਰਨ ਉਕਤ ਪੁਆਇੰਟਸ ਤੇ ਸੁਰੱਖਿਆ ਦੇ ਪ੍ਰਬੰਧ ਵਧਾਏ ਜਾਂਦੇ ਨੇ ਕਿਸੇ ਵੀ ਜ਼ਿਲ੍ਹੇ ਕੋਲ ਟ੍ਰੈਫਿਕ ਐਡਵਾਈਜ਼ਰ ਨਹੀਂ ਹੈ ਸਿਰਫ 145 ਮੁਲਾਜ਼ਮ ਹੀ ਕਰ ਰਹੇ ਨੇ ਪੂਰੇ ਸ਼ਹਿਰ ਦਾ ਟ੍ਰੈਫਿਕ ਕੰਟਰੋਲ ਪੰਜਾਬ ਚ ਇਹਨਾਂ ਲੋਕਾਂ ਦੇ ਕੱਟੇ ਜਾਣਗੇ ਨੀਲੇ ਕਾਰਡ ਸਰਕਾਰ ਨੇ ਜਾਰੀ ਕੀਤੇ ਸਖਤ ਹੁਕਮ ਪੰਜਾਬ ਦੇ ਵਿੱਚ ਨੀਲੇ ਕਾਰਡ ਧਾਰਕਾਂ ਲਈ ਵੱਡਾ ਝਟਕਾ ਹੈ ਜੀ ਪੰਜਾਬ ਦੇ ਨੀਲੇ ਕਾਰਡ ਧਾਰਕ ਕੱਟੇ ਜਾਣਗੇ ਜੋ ਆਰਥਿਕ ਤੌਰ ਤੇ ਠੀਕ ਹਨ ਪਰ ਉਹ ਫਰਜ਼ੀ ਆਟਾ ਦਾਾਲ ਸਕੀਮ ਤਹਿਤ ਨੀਲੇ ਕਾਰਡ ਬਣਵਾਏ ਨੇ ਪੰਜਾਬ ਸਰਕਾਰ ਨੇ ਅਜਿਹੇ ਸਾਰੇ ਤਾਰਕਾ ਦੇ ਨੀਲੇ ਕਾਰਡ ਕੱਟਣ ਦੇ ਸਖਤ ਹੁਕਮ ਜਾਰੀ ਕੀਤੇ ਨੇ ਦਰਅਸਲ ਪੰਜਾਬ ਸਰਕਾਰ ਇਹਨਾਂ ਦੀ ਵੈਰੀਫਿਕੇਸ਼ਨ ਕਰਵਾਉਣ ਜਾ ਰਹੀ ਹੈ 30 ਨਵੰਬਰ ਤੱਕ ਸੂਬੇ ਦੇ ਕਮਿਸ਼ਨਰਾਂ ਤੋਂ ਨੀਲੇ ਕਾਰਡ ਦੀ ਵੈਰੀਫਿਕੇਸ਼ਨ ਰਿਪੋਰਟ ਮੰਗੀ ਹੈ ਜਿਸ ਦੀ ਪੁਸ਼ਟੀ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕੀਤੀ ਹੈ ਪੰਜਾਬ ਦੇ 13 ਜ਼ਿਲ੍ਹਿਆਂ ਨੂੰ ਹਾਈਟ ਕੋਰਟ ਨੇ ਜੈਮਰਾਂ ਲਈ ਦਿੱਤੀ ਮਨਜ਼ੂਰੀ 9 ਮਹੀਨਿਆਂ ਦੇ ਵਿੱਚ ਲਾਏ ਜਾਣਗੇ ਚੈਮੁਰ ਪੰਜਾਬ ਦੀਆਂ ਜੇਲਾਂ ਦੇ ਵਿੱਚ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੋਟਿਸ ਤੇ ਜੇਲ੍ਹ ਵਿਭਾਗ ਆਈਜੀ ਆਰ ਕੇ ਅਰੂੜਾ ਨੇ ਬੁੱਧਵਾਰ ਨੂੰ ਸਟੇਟਸ ਰਿਪੋਰਟ ਪੇਸ਼ ਕੀਤੀ ਇਸ ਦੇ ਅਨੁਸਾਰ ਵਿੱਤ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ 6 ਤੋਂ 9 ਮਹੀਨਿਆਂ ਦੇ ਵਿੱਚ ਜੇਲਾਂ ਵਿੱਚ ਜੈਮਰ ਲਾਏ ਜਾਣਗੇ ਜੈਮਰਾ ਦੀ ਖਰੀਦ ਲਈ ਕੈਬਨਟ 77 ਨੋਡਲ ਅਥਾਰਟੀ ਨੇ ਮਨਜ਼ੂਰੀ ਦਿੱਤੀ ਹੈ ਕੈਬਨਟ 77 ਇਹਤ ਦੁਆਰਾ ਦਿੱਤੇ ਜੈਮਰਾ ਦੀ ਖਰੀਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੌਜੂਦਾ ਸਮੇਂ ਚ ਦੋ ਜਨਤਕ ਖੇਤਰ ਦੇ ਅਧਿਯੋਗਿਕ ਸੰਗਠਨ ਜੈਮਰਾ ਦੀ ਖਰੀਦ ਲਈ ਪ੍ਰਵਾਨਿਤ ਸਰੂਤ ਨੇ ਗੁਜਰਾਤ ਚੋਂ ਹੁਣ ਤੋਂ ਪਹਿਲਾਂ ਪੰਜਾਬ ਚੂ ਪੁਰਾਣੀ ਪੈਨਸ਼ਨ ਸਕੀਮ ਭਗਵੰਤ ਮਾਨ ਸਰਕਾਰ ਜਾਰੀ ਕਰ ਸਕਦੀ ਹੈ ਜੀ ਨੋਟੀਫਿਕੇਸ਼ਨ ਕੈਬਨਟ ਮੀਟਿੰਗ ਦੇ ਵਿੱਚ اوਪੀਐਸ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਅਧਿਕਾਰਤ ਤੌਰ ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਸਰਕਾਰ ਪੀਐਫ ਆਰਡੀਏ ਦੇ 18 ਹਜ਼ਾਰ ਕਰੋੜ ਰੁਪਏ ਵਾਪਸ ਚਾਹੁੰਦੀ ਹੈ ਵਿੱਤ ਮੰਤਰੀ ਦੇ ਨਾਲ ਅੱਜ ਮੁੱਖ ਮੰਤਰੀ ਦੀ ਮੀਟਿੰਗ ਹੋਵੇਗੀ ਮਾਰ ਕਹਿੰਦੇ ਨੇ ਕਿ ਜੇਕਰ ਅਥਾਰਟੀ ਸਰਕਾਰ ਨੂੰ ਫੰਡ ਵਾਪਸ ਲੈਣ ਦੀ ਇਜਾਜ਼ਤ ਦਿੰਦੀ ਤਾਂ ਇਸ ਨੂੰ ਕਰਮਚਾਰੀਆਂ ਦੇ ਪੈਨਸ਼ਨ ਫੰਡ ਵਿੱਚੋਂ ਅਧਿਯੋਗਦਨ ਲਈ ਵੱਡੀ ਰਕਮ ਮਿਲੇਗੀ ਇਸ ਨਾਲ ਸਰਕਾਰ ਦਾ ਖਜ਼ਾਨਾ ਤਾਂ ਪਰ ਸਕਦਾ ਪਰ 34 ਤੋਂ ਬਾਅਦ ਹਾਲਾਤ ਹੋਰ ਵਿਗੜ ਜਾਣਗੇ ਜਦੋਂ 2004 ਚੋਂ ਭਰਤੀ ਹੋਏ ਮੁਲਾਜ਼ਮ ਬਾਅਦ ਵਿੱਚ ਸੇਵਾਮੁਕਤ ਹੋਣਗੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸਵਾਗਤ ਚ ਰਾਸ਼ਟਰੀ ਗੀਤ ਦੀ ਬਜਾਏ ਗਲਤ ਗੀਤ ਚਲਾਉਣ ਦੀ ਵੀਡੀਓ ਵਾਇਰਲ ਭਾਜਪਾ ਨੇਤਾ ਨੇ ਕੀਤੀ ਆਲੋਚਨਾ ਗਨ ਕਲਚਰ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਪੰਜਾਬੀ ਗਾਇਕਾਂ ਨੂੰ ਕਹੀ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਇਕਾਂ ਨੂੰ ਅਪੀਲ ਕੀਤੀ ਕਿ ਪੜਕਾਉ ਨਸ਼ਿਆਂ ਦੇ ਹਥਿਆਰਾਂ ਨੂੰ ਬੜਾਵਾ ਦੇਣ ਵਾਲੇ ਗੀਤ ਗਾਉਣ ਤੋਂ ਗੁਰੇਜ਼ ਕਰਨ ਪੰਜਾਬੀਆਂ ਕੋਲੇ ਫੁੱਲਾ ਫੁਲਕਾਰੀਆਂ ਚਰਖਿਆਂ ਹੀ ਰਾਂਜੇ ਦੇ ਗੀਤ ਇਸ ਲਈ ਸਾਨੂੰ ਪੜਕਾਉ ਗੀਤਾਂ ਨੂੰ ਗਾਉਂਦੀ ਕੋਈ ਲੋੜ ਨਹੀਂ ਪੰਜਾਬ ਵਾਰੇ ਅਮਿਤ ਸ਼ਾਹ ਦੇ ਬਿਆਨ ਤੇ ਭਗਵੰਤ ਮਾਨ ਸਰਕਾਰ ਦਾ ਪਲਟਵਾਰ ਉਹਨਾਂ ਨੇ ਕਿਹਾ ਜੀ ਜੋ ਸਾਡੇ ਕੋਲੇ ਅੰਕੜੇ ਨੇ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਗੱਲਾਂ ਦੇ ਬਿਲਕੁਲ ਉਲਟ ਨੇ ਮੀਤ ਫੇਰ ਨੇ ਕਿਹਾ ਹੈ ਕਿ ਆਰਮਡ ਹਥਿਆਰਾਂ ਨੂੰ ਬਹੁਤ ਅਪਰਾਧ ਹੋ ਰਿਹਾ ਜੀ ਜਿਸ ਹਿਸਾਬ ਨਾਲ ਪੰਜਾਬ ਚ 1820 ਘਟਨਾਵਾਂ ਸਾਹਮਣੇ ਆਈਆਂ ਨੇ ਜਦੋਂ ਕਿ ਯੂਪੀ ਦੇ ਵਿੱਚ ਇਹ ਘਟਨਾਵਾਂ 134000 ਤੋਂ ਵਧੇਰੇ ਹੋਈਆਂ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਅਪਰਾਧੀਆਂ ਨੂੰ ਸਰਪ੍ਰਸਤੀ ਦੇਣ ਵਾਲੇ ਹੋਣ ਸੂਬੇ ਦੀ ਸ਼ਾਂਤੀ ਅਤੇ ਸੱਦ ਭਾਵਨਾ ਤੇ